ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲਾ ਸ਼ਬਦ ਹੈ ਜੀ, ਹਮ ਕੋਕਰ ਤੇਰੇ ਦਰਬਾਰ, ਭੌਂਕੈ ਆ ਗਏ ਬਦਨ ਪਸਾਰ। ਆਓ ਜੀ, ਕਰੋ ਕਿਰਪਾ। ਹਮ ਕੋਕਰ ਤੇਰੇ ਫਿਰ ਤੋਂ ਇੱਕ ਵਾਰੀ ਬਦਨ ਸਭ ਰਿਪੀਟੇਸ਼ਨ ਹੀ ਹੈ, ਅਤੇ ਤੁਸੀਂ ਸੇਮ ਸੁਰਾਂ 'ਤੇ ਪੂਰਾ ਸ਼ਬਦ ਕੱਢ ਸਕਦੇ ਹੋ। ਜੇ ਕੋਈ ਪ੍ਰੋਬਲਮ ਆਵੇ, ਕੋਈ ਡਾਊਟ ਆਵੇ ਤਾਂ ਆਪ ਕਮੈਂਟ ਕਰੋ, ਤਾਂ ਆਪ ਨੂੰ ਪੂਰਾ ਵੀਡੀਓ ਫਿਰ ਅਪਲੋਡ ਕਰਕੇ ਰਿਕਾਰਡਿੰਗ ਕਰਕੇ ਭੇਜ ਦਿਆਂਗੇ, ਕੋਈ ਪ੍ਰੋਬਲਮ ਨਹੀਂ। ਹੋਰ ਕੋਈ ਨਵਾਂ ਸ਼ਬਦ ਆਪ ਨੂੰ ਜੇ ਚਾਹੀਦਾ ਹੋਵੇ ਤਾਂ ਆਪ ਕਮੈਂਟ ਕਰ ਦੇਣਾ।
ਕੋਸ਼ਿਸ਼ ਕਰਾਂਗੇ ਉਸਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਸਨੂੰ ਕੰਪੋਜੀਸ਼ਨ ਰੈਡੀ ਕਰਕੇ ਅਪਲੋਡ ਕਰਨ ਦੀ। ਹੋਰ ਕੋਈ ਨਵਾਂ ਸ਼ਬਦ ਜੇ ਆਪਨੂੰ ਅਲੱਗ ਕੰਪੋਜੀਸ਼ਨ ਚਾਹੀਦੀ ਹੋਵੇ, ਜਿਹੜੀ ਆਪਨੂੰ ਕਿਤੇ ਲੱਭ ਨਾ ਰਹੀ ਹੋਵੇ, ਇਸ ਤਰ੍ਹਾਂ ਦਾ ਕੁਛ ਹੋਵੇ, ਤਾਂ ਉਹ ਵੀ ਆਪ ਲਿਖ ਭੇਜਣਾ ਸ਼ਬਦ ਦਾ ਨਾਮ, ਅਤੇ ਦਾਸ ਕੋਸ਼ਿਸ਼ ਕਰੇਗਾ। ਬਾਕੀ ਇੰਨੇ ਯੋਗਾ ਤਾਂ ਨਹੀਂ, ਪਰ ਆਪ ਸਭ ਦੇ ਅਸੀਸਾਂ ਅਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕੋਸ਼ਿਸ਼ ਜ਼ਰੂਰ ਕਰਾਂਗੇ ਅਤੇ ਅਪਲੋਡ ਕਰਕੇ ਆਪ ਨੂੰ ਵੀ ਸੂਚਿਤ ਕਰ ਦਾਂਗੇ, ਨਾਲੇ ਸਭ ਸੰਗਤਾਂ ਵੀ ਜੇ ਲਾਹਾ ਉਸ ਦਾ ਲੈ ਲੈਣ, ਵਾਹਿਗੁਰੂ ਕਿਰਪਾ ਕਰੇ। ਹੋਰ ਜੇ ਆਪ ਨੂੰ ਇਹ ਵੀਡੀਓ ਲੱਗ ਰਿਹਾ ਹੈ ਕਿ ਕੁਛ ਆਪ ਨੂੰ ਉਸਦਾ ਲਾਹਾ ਮਿਲ ਰਿਹਾ ਹੈ, ਤਾਂ ਸਬਸਕ੍ਰਾਈਬ ਵਾਲਾ ਥੱਲੇ ਬਟਨ ਹੈ ਜੀ, ਵੀਡੀਓ ਜਿੱਥੇ ਚੱਲਦੀ ਹੈ ਉਹਨੂੰ ਕਲਿੱਕ ਕਰ ਦੋਗੇ ਤਾਂ ਜਿਹੜੇ ਵੀ ਨਵੀਂ ਵੀਡੀਓ ਬਣਨਗੀਆਂ ਆਪ ਨੂੰ ਉਸੇ ਵੇਲੇ ਪਹੁੰਚ ਜਾਇਆ ਕਰੇਗੀ। ਹੋਰ ਆਪ ਸਭ ਸੰਗਤਾਂ ਦੇਹੋ ਸੱਜਣਾ ਸੀਸੜੀਆ ਜੋ ਹੋਏ ਸਾਹਿਬ ਸਿਉ ਮੇਰ, ਕਿਰਪਾ ਕਰਨੀ ਮਿਹਰ ਕਰਨੀ ਸਭ ਆਪਣੇ ਮਿੱਤਰਾਂ ਬੇਲੀਆਂ ਨੂੰ ਸਭ ਨੂੰ ਵੀ ਫੋਰਵਰਡ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਸੰਗਤ ਇਸਦਾ ਲਾਹਾ ਲੈ ਸਕੇ ਅਤੇ ਸਭ ਦੀਆਂ ਅਸੀਸਾਂ ਦਾਸ ਨੂੰ ਮਿਲ ਸਕਣ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।